ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੀ ਮਹਿਮਾ ਕਹੀ ਨਾ ਜਾਏ ਸਭ ਥਾਈ ਮਹਾਜੀ ਸਹਾਇਕ ਗੁਰਦੁਆਰਿਆਂ ਝੰਡਿਆਂ ਮੁਗਿਆਂ ਨਿਸ਼ਾਨਾਂ ਦੀ ਕਾ ਧਿਆਨ ਧਰ ਕੇ ਸਾਧ ਸੰਗਤ ਸਾਹਿਬ ਉਹਨਾਂ ਦੀ ਸ੍ਰੀ ਵਾਹਿ ਅਕਾਲ ਪੁਰਖ ਮੰਤਰੀ ਸ਼ਾਂਤੀ ਬਖਸ਼ੋ ਜੀ ਆਪ ਜੀ ਦੇ ਪਵਿੱਤਰ ਪਾਵਨ ਕਰਮਾਂ ਨਾਲ ਬਣ ਆਵੇ ਸਵਾਸਾਂ ਦੇ ਸਭ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਨਾ ਭਾਵੇ ਸੋ ਨਾ ਦੇ ਮਿਹਰਬਾਨਾ ਜਿੱਥੇ ਭਾਵੇ ਜਿੱਥੇ ਰੱਖ ਲਈ ਜਿੱਥੇ ਨਾ ਭਾਵੇ ਜਿੱਥੇ ਨਾ ਰੱਖੀ ਸਤਿਗੁਰੂ ਜੀ ਜਿੱਥੇ ਵੀ ਰੱਖੀ ਆਪਣੇ ਪਵਿੱਤਰ ਪਾਵਨ ਕਰਨ ਕਮਲਾਂ ਵਿੱਚ ਰੱਖੀ ਅਖੰਡ ਭਜਨ ਬਖਸ਼ੇ ਦਰਗਾਹਾਂ ਦੇ ਬਖਸ਼ਿਆਂ ਦੀ ਸਾਜਿਆਂ ਨਿਵਾਜਿਆਂ ਗੁਰਮੁਖਾਂ ਪਿਆਰਿਆਂ ਦੇ ਮੇਲੇ ਬਖਸ਼ੇ ਜਿਨ੍ਹਾਂ ਦੇ ਮਿਲਦੇ ਕਰਕੇ ਸਿੱਖੀ ਸਿੱਖ ਦੀ ਪ੍ਰਾਪਤੀ ਹੋਵੇ ਗੁਰਦਰਗਾਹ ਦੇ ਸਮਤ ਮੇਰੇ ਦਰਗਾਹਾਂ ਦੇ ਬਖਸ਼ਿਆਂ ਦਾ ਮੇਲਾ ਬਖਸ਼ੀ ਜੀ ਮਿਹਰਬਾਨ ਜੀ ਵਿਦਕ ਦੀ ਸੰਗਤ ਨਾ ਦੇਣਾ ਬਾਬਾ ਜੀ ਜਿਸ ਦੇ ਮਿਲਦੇ ਕਰਕੇ ਤੂੰ ਵਿਸਤਰ ਜਾਵੇ ਦਰਗਾਹਾਂ ਦੇ ਧੱਕੇ ਦਾ ਮੇਲਾ ਨਾ ਦੇਣਾ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਤਰੈ ਦਿੱਤਾ ਲੈ ਉਬਾਰ ਸੜਦੇ ਪਰਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲਓ ਸਤਿਗੁਰੂ ਕਲਯੁਗ ਦੇ ਤੱਤੇ ਝੋਲਿਆਂ ਤੋਂ ਆਪਣੀ ਗੋਦ ਵਿੱਚ ਰੱਖੋ ਮਾਇਆ ਦੇ ਚਰ ਛਿੱਦਰ ਤੋਂ ਹੱਥ ਦੇ ਕੇ ਬਚਾਓ ਰਹਿਮ ਕਰੋ ਆਪਣੇ ਦਰ ਦੀ ਸੇਵਾ ਬਖਸ਼ੋ ਭਾਣੇ ਵਿੱਚ ਲਿਆਓ ਭਾਣਾ ਮੰਨਣ ਦੀ ਤਾਕਤ ਬਖਸ਼ੋ ਭਾਣਾ ਮਿੱਠਾ ਲਾ ਕੇ ਮੈਂ ਕੀਤਾ ਨਾ ਜਾਤਾ ਹਰਾਮ ਖੋ ਰਹੋ ਕਾ ਮੋਹ ਦੇਸੇ ਨਾਦਰਾ ਕਸਦੇਸ ਵਿਦੇਸ ਨਾ ਕੋਜ ਐਸੇ ਮੇਰਾ ਮਨ ਵਿੱਚ ਆਵੇ ਮੋਹਿਆ ਤਾਰਾ ਪਾਰਨਾ ਸੂਝ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਗਰੀਬ ਨੂੰ ਬਖਸ਼ ਲਓ ਬਖਸ਼ ਲਓ ਬਖਸ਼ ਲਓ ਸਤਿਗੁਰੂ ਜੀ ਨਿੱਤ ਦਾ ਮੰਗਦਾ ਹਾਂ ਦੇ ਲੈ ਕੇ ਰਾਤੀ ਮਿਲਦਾ ਸਹਨ ਸਭ ਸਿਫਤ ਸਲਾਹ ਛੱਡ ਕੇ ਕਰਨ ਦੀ ਲਗਾ ਹੰਸ ਆਪਣੇ ਦਰ ਦੀ ਸਿਫਤ ਕਰੇ ਮੂੰਹ ਵਿੱਚ ਪਾ ਲਓ ਮੈਂ ਗੁਰੂ ਨਾਨਕ ਦੇ ਰਾਤ ਵਾਹ 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 ਨਿਰੰਕਾਰ ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭੁਲਾਈ ਆਪਣਿਆਂ ਨੂੰ ਆਪਦੇ ਕਰੀ ਸਿੱਧੇ ਹੱਥ ਰੱਖੀ ਸਮਰਥ ਬਖਸ਼ੀ ਸਿੱਧੇ ਰਸਤੇ ਪਾਈ ਸਤਿਗੁਰੂ ਜੀ ਜੋ ਕੀਤਾ ਸੁਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਸਰੂਪ ਸ਼ਰਧਾ ਚਵਰ ਤਪਤ ਦੇ ਮਾਲਕ ਹਜ਼ੂਰ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸ਼ਵਰ ਕਾਰਨ ਦੇ ਪਵਿੱਤਰ ਪਾਵਨ ਕਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਆਪ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਸੇਵਾਦਾਰ ਪਹਿਲੀਏ ਸ੍ਰੀ ਮਹਾਨ ਕਿਸ਼ੋਰ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਜੀ ਵੱਲੋਂ ਆਪ ਜੀ ਦੇ ਪਵਿੱਤਰ ਸਥਾਨ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ ਸਰਾਏਪੁਰ ਰਸੂਲਪੁਰ ਵਿਖੇ ਆਪ ਜੀ ਦੀ ਗੁਰਬੀ ਬਾਣੀ ਆਈ ਤੇ ਸਗਲੇ ਕਿਰਤ ਮਨਾਏ ਗੁਰਬਾਣੀ ਦੇ ਮਹਾਨ ਜਾਪ ਪਾਠੀ ਸਿੰਘ ਹਾਜ਼ਰ ਹਨ
ਪਾਠਸ਼ਾਲਾ ਦੇ ਅਸਰਾਂ ਤੇ ਵਾਸਤਾ ਕਰਕੇ ਸੁੱਧ ਸਪਸ਼ਟ ਬਾਣੀ ਪੜਨ ਦੀ ਮਰਬਤੀ ਬਖਸ਼ਿਸ਼ ਕਰਨੀ ਸਤਿਗੁਰੂ ਜੀ ਕਿਰਪਾ ਕਰਨੀ ਸ੍ਰੀਮਾਨ ਸੰਤ ਬਾਬਾ ਨਰਮਦਾਸ ਜੀ ਮਹਾਰਾਜ ਜੀ ਨੂੰ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਡੇਰੇ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਸਰਬੱਤ ਸੰਗਤਾਂ ਦੇ ਸਿਰਾਂ ਤੇ ਮੇਰਾ ਭਰਿਆ ਹੱਥ ਬਣਾਈ ਰੱਖਣਾ ਬਾਬਾ ਜੀ ਨੂੰ ਵੱਧ ਤੋਂ ਵੱਧ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਨਾਮ ਦਾ ਪ੍ਰਚਾਰ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨੀ ਸਿਰ ਤੇ ਮੇਰਾ ਭਰਿਆ ਹੱਥ ਬਣਾਈ ਰੱਖਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਪਾਠਾਂ ਦੀ ਪ੍ਰਾਰਥਨਾ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦਾ ਥਾਲ ਸਦਕੇ ਹਾਜ਼ਰ ਹੋਇਆ ਹੈ ਆਪ ਦੀ ਕਿਰਪਾ ਕਰੋ ਭੋਗ ਲਾਵੋ ਸੇਤ ਪ੍ਰਸ਼ਾਦ ਸੰਗਤਾਂ ਨੂੰ ਬਖਸ਼ੋ ਪਾਠ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਇਸ ਵੇਲੇ ਦੋਵੇਂ ਮਾਈ ਭਾਈ ਦੂਰੋਂ ਨੇੜਿਓਂ ਕਰਕੇ ਆਪ ਜੀ ਦੇ ਦਰਬਾਰ ਪਹੁੰਚੇ ਹਨ ਸਭਨਾਂ ਦੇ ਹਾਜ਼ਰੀ ਆਪਣੀ ਦਰਗਾਹ ਵਿਖੇ ਲਗਾ ਲੈਣਾ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜ ਹੀ ਜਾਵਣ ਸ੍ਰੀ ਗੁਰੂ ਨਾਨਕ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਮ ਪ੍ਰਭ ਸਦਾ ਸਹਾਇ ਧੰਨ ਹਮਾਰਾ ਮਿਤਰਾਓ
ਮਨ ਬਿਲਾਸ ਭਾਈ ਸਾਹਿਬ ਕੇ ਚਰਜ ਦੇ ਕਢਾਈ ਹਰ ਸਿਮਰ ਸਿਮਰਿਆ ਅਨੰਤ ਕਰ ਨਾਨਕ ਪ੍ਰਭੂਰਨ ਪੈਰਕਾਈ ਸਤਨਾਮ ਸ੍ਰੀ ਵਾਹਿਗੁਰੂ ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਗਾਵੈ ਕੋ ਬਣਿਆਈਆ ਚਾਰ ਗਾਵੈ ਕੋ ਵਿਦਿਆ ਵਿਦੋ ਵਿਚਾਰ ਗਾਵੈ ਕੋ ਸਾਧ ਕਰੈ ਮਨ ਕੇ ਗਾਵੈ ਕੋ ਜੀਵ ਲੈ ਕਰ ਦੇ ਗਾਵੈ ਕੋ ਜਪੈ ਤਿਸੈ ਦੂਰ ਗਾਵੈ ਕੋ ਵੇਖੈ ਹਾਲਾ ਦੂਰ ਕਤਨਾ ਕਤੀ ਸਤਨਾਮ ਕਰਤਾ ਪ੍ਰਸਾਦ ਔਖੀ ਘੜੀ ਨਾ ਦੇਖਣਦੇ ਆਪਣਾ ਮਨ ਸੰਭਾਲੇ ਰੱਖਦੇ ਰੱਖੇ ਆਪਣੇ ਕੋ ਸਾਥ ਸਾਥ ਪ੍ਰਭਾਵੇ ਪ੍ਰਭੂ ਦਾ ਪ੍ਰੇਮ ਕਰ ਜੀ ਦਾ ਆਦਮ ਪ੍ਰਭ ਦਾ ਸਰਾਇ ਧੰਨ ਹਮਾਰਾ ਮਿੱਤਰ ਮਨ ਬਿਲਾਸ ਭੈ ਸਾਹਿਬ ਕੇ ਚਰਨ ਦੇ ਕਢਾਈ ਗੁਰ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭੂ ਨੂੰ ਪੈਰ ਕਾਏ ਸਤਨਾਮ ਸ੍ਰੀ ਵਾਹਿਗੁਰੂ ਗਾਵੀਐ ਸੁਣੀਐ ਮਨ ਰਖੀਐ ਪਾਉ ਦੁੱਖ ਪਰ ਨਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਬ੍ਰਹਮਾ ਗੁਰ ਮਾਰਤੀ ਮਾਈ ਜੇ ਗਉ ਜਾਣਾ ਮਾਹੀ ਕਹਿਣਾ ਕਤਨਾ ਜਾਈ ਗੁਰਾ ਇੱਕ ਦੇਹ ਬੁਝਾਈ ਸੁਪਨਾ ਜੀਆ ਪਾਇਕ ਦਾਤਾ ਪ੍ਰਭੂ ਦਾ